ਜਲੰਧਰ ਵਿਖੇ ਹੋਏ ਸੜਕ ਹਾਦਸੇ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ ਜਿਸ ਦੀ ਪਹਿਚਾਣ ਸੁਖਵਿੰਦਰ ਸਿੰਘ ਵਾਸੀ ਨੂਰਪੁਰ ਵਜੋਂ ਹੋਈ ਹੈ। ਇਹ ਹਾਦਸਾ ਉਸ ਸਮੇਂ ਹੋਇਆ ਜਦੋਂ ਮ੍ਰਿਤਕ ਸੁਖਵਿੰਦਰ ਸਿੰਘ ਬੀਤੀ ਰਾਤ ਦੁਕਾਨ ਬੰਦ ਕਰਕੇ ਆਪਣੇ ਬੇਟੇ ਨਾਲ ਮੋਟਰਸਾਈਕਲ ਤੇ ਵਾਪਸ ਆਪਣੇ ਪਿੰਡ ਨੂੰ ਜਾ ਰਿਹਾ ਸੀ ਕਿ ਲਮਾਪਿੰਡ ਚੌਂਕ ਨੇੜੇ ਕਿਸੇ ਅਣਪਛਾਤੇ ਟਰੈਕਟਰ ਟਰਾਲੀ ਨੇ ਉਸ ਨੂੰ ਟੱਕਰ ਮਾਰ ਦਿੱਤੀ। ਮ੍ਰਿਤਕ ਦੀ ਪਤਨੀ ਨੇ ਦੋਸ਼ ਲਗਾਇਆ ਕਿ ਹਾਦਸੇ ਤੋਂ ਬਾਅਦ ਜੇਕਰ ਐਂਬੂਲੈਂਸ ਸਮੇਂ ਸਿਰ ਪਹੁੰਚ ਜਾਂਦੀ ਤਾਂ ਸੁਖਵਿੰਦਰ ਸਿੰਘ ਦੀ ਜਾਨ ਬਚ ਸਕਦੀ ਸੀ। ਉਧਰ ASI ਪ੍ਰੇਮ ਕੁਮਾਰ ਨੇ ਦੱਸਿਆ ਕਿ ਪੁਲਿਸ ਵੱਲੋਂ ਹਾਦਸੇ ਵਾਲੀ ਥਾਂ ਦੇ ਆਲੇ ਦੁਆਲੇ ਲੱਗੇ CCTV ਕੈਮਰਿਆਂ ਦੀ ਫੁਟੇਜ ਦੀ ਜਾਂਚ ਕੀਤੀ ਜਾ ਰਹੀ ਹੈ। ਕੀ ਨਾਮ ਹੈ ਜੀ ਤੁਹਾਡਾ? ਸਰਬਜੀਤ ਕੌਰ। ਕੀ ਗੱਲ ਕੀ ਹੋਈ ਹੈ ਜੀ? ਅਜੇ ਜੀ ਇਹਨਾਂ ਦੇ ਦੁਕਾਨ ਤੋਂ ਆਉਂਦੇ ਸੀ ਜੀ, ਐਕਸੀਡੈਂਟ ਹੋ ਗਿਆ ਰਾਹ 'ਚ ਆਉਂਦੇ ਵੇਲੇ, ਅਤੇ ਉੱਥੇ ਜਦੋਂ ਅਸੀਂ ਮੌਕੇ 'ਤੇ ਪਹੁੰਚੇ ਕੋਈ ਨਹੀਂ ਸੀਗਾ, ਵੀ ਮਤਲਬ ਜਨਤਾ ਖੜ੍ਹੀ ਸੀ ਲਾਗੇ ਪਾਸੇ ਦੇ, ਤਾਂ ਉਹਨਾਂ ਨੇ ਲਿਆਂਦਾ ਹੋਸਪਿਟਲ, ਨਾ ਪੁਲਿਸ ਸੀ ਨਾ ਐਂਬੂਲੈਂਸ ਸੀ। ਅਤੇ ਲੋਕਾਂ ਦਾ ਕਹਿਣਾ ਕਿ ਆਪਾਂ ਐਂਬੂਲੈਂਸ ਨੇ ਪੁਲਿਸ ਨੂੰ ਫੋਨ ਕੀਤਾ, ਕਿੰਨੀ ਦੇਰ ਬਾਅਦ ਪੁਲਿਸ ਪਹੁੰਚੀ ਉੱਥੇ? ਪੁਲਿਸ ਤਾਂ ਬਹੁਤ ਦੇਰ ਬਾਅਦ ਪਹੁੰਚੀ, ਹੋਸਪਿਟਲ ਹੀ ਪਹੁੰਚੀ ਪੁਲਿਸ ਤਾਂ। ਅਤੇ ਹੋਸਪਿਟਲ ਕਿੱਦਾਂ ਪਹੁੰਚਾਇਆ ਜੀ ਇਹਨਾਂ ਨੂੰ? ਆਟੋ ਦੇ ਵਿੱਚ ਲਿਆਂਦਾ। ਅਤੇ ਐਂਬੂਲੈਂਸ ਨਹੀਂ ਮੌਕੇ 'ਤੇ ਪਹੁੰਚੀ ਜੀ? ਜੀ ਨਹੀਂ। ਕੀ ਨਾਮ ਕੀ ਹੈਗਾ ਜੀ ਇਹਨਾਂ ਦਾ? ਸੁਖਵਿੰਦਰ ਸਿੰਘ। ਕੀ ਕੰਮ ਕੀ ਕਰਦੇ ਹੈਗੇ? ਬਿਜਲੀ ਦਾ ਕੰਮ ਕਰਦੇ, ਗੱਡੀਆਂ ਸਵਾਰਨ ਦਾ। ਕਿੱਥੇ ਰਹਿੰਦੇ? ਲੰਮੇ ਪਿੰਡ ਚੌਂਕ ਆ ਦੁਕਾਨ। ਰਹਿੰਦੇ ਕਿੱਥੇ ਜੀ? ਨੂਰਪੁਰ। ਹਾਂਜੀ ਸਰ, ਕੀ ਮਾਮਲਾ ਕੀ ਹੈਗਾ ਜੀ? ਇਹ ਸੁਖਵਿੰਦਰ ਸਿੰਘ, ਉਮਰ ਜੀ 50 ਸਾਲ, ਇਹ ਇਲੈਕਟ੍ਰੀਸ਼ਨ ਦਾ ਕੰਮ ਕਰਦਾ। ਲੰਮਾ ਪਿੰਡ ਚੌਂਕ ਤੋਂ ਆਪਣੇ ਘਰ ਨੂਰਪੁਰ ਨੂੰ ਜਾਂਦਾ ਸੀਗਾ, ਅਤੇ ਅਣਪਛਾਤੀ ਕੋਈ ਟਰਾਲੀ ਇਹਦੇ 'ਚ ਖੇਡ ਮਾਰ ਗਈ ਆ, ਅਤੇ ਉੱਥੋਂ ਰਾਹਗੀਰ ਵਿਅਕਤੀ ਇਹਨੂੰ ਕਪੂਰਾ ਹਸਪਤਾਲ ਲੈ ਕੇ ਆਏ, ਅਤੇ ਡਾਕਟਰ ਨੇ ਇਹਨੂੰ ਮਿੱਤਰ ਕਰਾ ਦਿੱਤੇ। ਅਤੇ ਸਰ ਕਿੱਥੇ ਦਾ ਰਹਿਣ ਵਾਲਾ ਹੈਗਾ ਜੀ? ਇਹ ਨੂਰਪੁਰ ਦਾ ਜੀ। ਤੇਰੇ ਪਰਿਵਾਰਕ ਮੈਂਬਰ ਸੂਚਿਤ ਕੀਤਾ ਗਿਆ ਜੀ? ਹਾਂਜੀ, ਪਰਿਵਾਰ ਨੂੰ ਸੂਚਿਤ ਕਰ ਦਿੱਤਾ, ਅਤੇ ਆਉਣ 'ਤੇ ਇਹਨਾਂ ਜਿਹੜੇ ਅਗਲੀ ਕਾਰਵਾਈ ਅਮਲ ਵਿੱਚ ਲੈਣ। ਕੀ ਕਾਰਵਾਈ ਕੀ ਕਰ ਰਹੇ ਜੀ? ਇਹਦੇ 'ਤੇ FIR ਦਰਜ ਕਰਾਂਗੇ। ਕੋਈ CCTV ਕੈਮਰੇ ਦੇ ਵਿੱਚ ਆਇਆ ਜੀ? ਉਹ ਚੈੱਕ ਕਰਦੇ ਹਾਂ, ਸਾਰੀਆਂ ਦੁਕਾਨਾਂ ਜੇ ਬੰਦ ਹੋ ਸਵੇਰੇ ਚੈੱਕ ਕਰਦੇ ਹਾਂ, ਠੀਕ ਨੇ, ਜੋ ਵੀ ਹੋਇਆ।